ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰੈਬੀ ਪਾਟੀਆ, ਤੁਸੀਂ ਵੇਖ ਰਹੇ ਹੋ ਆਰਬੀ ਇੰਡੀਆ ਟੀਵੀ ਨਿਊਜ਼। ਨਕੋਦਰ ਦੇ ਵਿੱਚ ਇੱਕ ਐਸਾ ਸਲੂਨ ਆ ਜਿੱਥੇ ਕਿ ਬਹੁਤ ਵਧੀਆ ਵਧੀਆ ਫੈਸਿਲਿਟੀਜ਼ ਹੈਗੀਆਂ ਆ, ਔਰ ਇਹ ਸਲੂਨ ਇੰਨਾ ਪਿਆਰਾ ਬਣਿਆ ਹੋਇਆ। ਮੈਂ ਪਹਿਲਾਂ ਤਾਂ ਕਹਾਂਗਾ ਇੱਕ ਵਾਰੀ ਸਾਰਾ ਸਲੂਨ ਦਿਖਾਇਆ ਜਾਵੇ, ਬਹੁਤ ਪਿਆਰੀ ਲੋਕੇਸ਼ਨ ਆ ਇਹ, ਔਰ ਇਹ ਲੋਕੇਸ਼ਨ ਜਿਹੜੀ ਆ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਤੇ ਗਊਸ਼ਾਲਾ ਦੇ ਨਾਲ ਰੀਮਾਸਟਰ ਮੇਕਓਵਰ ਐਂਡ ਇੰਸਟੀਚਿਊਟ ਜਿਹੜਾ ਇਹ ਬਹੁਤ ਪਿਆਰਾ ਜਿਹੜਾ ਸਲੂਨ ਬਣਾਇਆ ਹੋਇਆ, ਔਰ ਇਹ ਇੰਸਟੀਚਿਊਟ ਵੀ ਬਿਲਕੁਲ ਨਾਲ ਆ। ਔਰ ਅਸੀਂ ਇੱਥੇ ਗੱਲਬਾਤ ਕਰਦੇ ਆ ਭਾਜੀ। ਭਾਜੀ ਸਤਿ ਸ਼੍ਰੀ ਅਕਾਲ ਜੀ, ਕਿੱਦਾਂ? ਠੀਕ ਹੋ ਭਾਜੀ? ਬਹੁਤ ਵਧੀਆ ਜੀ, ਬਹੁਤ ਪਿਆਰਾ ਭਾਜੀ ਸਲੂਨ ਬਣਾਇਆ ਵਾ। ਮੈਂ ਤਾਂ ਫਸਟ ਟਾਈਮ ਆਇਆ, ਮੈਂ ਦੇਖ ਰਿਹਾ ਸੀਗਾ ਤੇ ਪਹਿਲਾਂ ਮੈਂ ਤੁਹਾਡੀ ਉਹ ਦੇਖ ਰਿਹਾ, ਮੈਂ ਉਹ ਕੀ ਅਜੂਬਾ ਜਿਹਾ ਰੱਖਿਆ ਸੀ ਲਿਆ ਕੇ, ਮੈਂ ਕਾਫੀ ਸਲੂਨ ਦੇ ਵਿੱਚ ਗਿਆ ਤੇ ਇਹ ਚੀਜ਼ ਮੈਂ ਦੇਖੀ ਨਹੀਂ ਹੈਗੀ। ਪਰ ਭਾਜੀ ਅਜੂਬਾ ਕੋਈ ਨਹੀਂ ਜੀ, ਹਾਂਜੀ ਬੜੀ ਬੜੀ ਸਿਟੀਜ਼ ਦੇ ਅੰਦਰ ਲੋਕਾਂ ਨੂੰ ਪਤਾ ਵੀ ਇਸ ਬਾਰੇ। ਅੱਛਾ ਜੀ, ਲੋਕ ਇਥੋਂ ਬਾਹਰ ਜੋ ਜਲੰਧਰ ਲੁਧਿਆਣਾ ਕਿਤੇ ਵੀ ਜਾਂਦੇ ਆ ਫੇਸ਼ੀਅਲ ਕਰਵਾਉਣ ਵਾਸਤੇ, ਆਪਣਾ ਇਹਨੂੰ ਸਿਰਫ ਆਪਾਂ ਹਾਈਡਰਾ ਫੇਸ਼ੀਅਲ ਬੋਲਦੇ ਆ। ਜੀ ਜੀ, ਕਈ ਉਹਨੂੰ ਸਕਿਨ ਡਿਜ਼ੀਜ਼ ਹੁੰਦੀਆਂ, ਸਕਿਨ ਦੀ ਪ੍ਰੋਬਲਮਸ ਹੁੰਦੀਆਂ, ਸਕਿਨ ਪੋਰਸ ਹੋ ਗਏ ਜਾਂ ਸਕਿਨ ਕਲੀਨ ਨਹੀਂ ਹੈਗੀ ਜਿੰਨਾ ਦੇ ਤਰੀਕੇ ਨਾਲ, ਬਟ ਉਹ ਤੁਸੀਂ ਫਿਲਟਰਿੰਗ ਕੋਡ ਤੇ ਲੈ ਕੇ ਆਏ ਪਹਿਲੀ ਵਾਰੀ? ਹਾਂਜੀ ਹਾਂਜੀ, ਓਕੇ ਬਿਲਕੁਲ ਜੀ, ਮੈਂ ਉਹ ਫੇਸ਼ੀਅਲ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਓਕੇ, ਤੇ ਇਹ ਜਿਹੜੇ ਸਾਡੇ ਮੋਰ ਓਵਰ ਇਹਦੇ ਅੰਦਰ ਜਿਹੜੇ ਪ੍ਰੋਡਕਟ ਯੂਜ਼ ਹੁੰਦੇ ਆ ਸੀਰਮਸ ਜਿਹੜੇ ਆ, ਉਹ ਵੀ ਸਾਡੇ ਹਾਈ ਕੁਆਲਿਟੀ ਦੇ ਹੈਗੇ ਆ, ਉਹਦੇ ਵਿੱਚ ਅਸੀਂ ਕੰਪਰਮਾਈਜ਼ ਨਹੀਂ ਬਿਲਕੁਲ। ਠੀਕ ਹੈ, ਔਰ ਤੁਹਾਡੇ ਕੋਲ ਮੈਂ ਦੇਖ ਰਿਹਾ ਤੁਸੀਂ ਨਾਲ ਦੇ ਇੰਸਟੀਚਿਊਟ ਵੀ ਰੱਖਿਆ, ਇਹਦੇ ਵਿੱਚ ਤੁਹਾਡੀ ਟੀਮ ਵੀ ਕਾਫੀ ਵੱਡੀ ਹੋਏਗੀ। ਹਾਂਜੀ ਬਿਲਕੁਲ ਜੀ, ਬਿਲਕੁਲ ਭਾਜੀ, ਅਸੀਂ ਨਾਲ ਦੇ ਆਪਣੇ ਸਟੂਡੈਂਟਸ ਨੂੰ ਵੀ ਯਾਨੀ ਕਰਵਾ ਰਹੇ ਹਾਂ। ਓਕੇ, ਔਰ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਦੱਸਣਾ ਚਾਹੂੰਗਾ, ਇਹ ਜਿਹੜਾ ਸਾਡਾ ਸੈਲੂਨ ਹੈਗਾ ਆ ਓਨਲੀ ਫੋਰ ਗਰਲਸ ਐਂਡ ਲੇਡੀਜ਼ ਆ। ਓਕੇ, ਔਰ ਜਿਹੜਾ ਇੰਸਟੀਚਿਊਟ ਆ ਉਹ ਵੀ ਫਰ ਓਨਲੀ ਫੋਰ ਗਰਲਸ ਐਂਡ ਲੇਡੀਜ਼ ਆ। ਓਕੇ ਹਾਂਜੀ, ਇਹ ਯੂਨੀਸੈਕਸ ਨਹੀਂ। ਤੇ ਇੱਕ ਚੀਜ਼ ਮੈਂ ਭਾਜੀ ਹੋਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਨਾ, ਇਹ ਜਿਹੜਾ ਤੁਹਾਡੀ ਇੱਕ ਮੇਰੇ ਖਿਆਲ ਡੋਲਫਿਨ ਅਕੈਡਮੀ ਵੀ ਕਾਫੀ ਜਿਹੜੀ ਬ੍ਰਾਂਡ ਹੈ ਨਕੋਦਰ ਦਾ। ਹਾਂਜੀ ਹਾਂਜੀ ਭਾਜੀ, ਉਹ ਤਾਂ ਚਲੋ ਤੁਹਾਨੂੰ ਪਤਾ ਹੈ ਮਹਾਰਾਜ ਦੀ ਕਿਰਪਾ ਨਾਲ 2007 ਤੋਂ ਅਸੀਂ ਉਸ ਲਾਈਨ 'ਚ ਹੈਗੇ ਹਾਂ। ਜੀ ਜੀ, ਨਾਲ ਦੀ ਨਾਲ ਇੱਕ ਐਡ ਆਨ ਅਸੀਂ 2 ਸਾਲ ਪਹਿਲਾਂ ਐਡ ਕੀਤਾ ਵਿੱਚ ਕਨਸੈਪਟ, ਕਿਉਂਕਿ ਸਟੂਡੈਂਟ ਸਾਡੇ ਕੋਲ ਡਿਮਾਂਡ ਕਰਦੇ ਸੀ ਕਿ ਵੀ ਸਰ ਤੁਸੀਂ ਬਿਊਟੀ ਕੋਰਸਿਸ ਵਗੈਰਾ। ਫਿਰ ਤੁਹਾਨੂੰ ਇਸ ਚੀਜ਼ ਦਾ ਫਾਇਦਾ ਵੀ, ਜਿਹੜੇ ਸਟੂਡੈਂਟ ਆ ਉਹਨਾਂ ਨੂੰ ਵੀ ਫਾਇਦਾ, ਅਗਰ ਕਿਸੇ ਨੇ ਕੋਈ ਆਪਣਾ ਕੰਮ ਸਿੱਖ ਕੇ ਜਾਣਾ ਹੋਵੇ। ਹਾਂਜੀ, ਨਾਲ ਦੀ ਨਾਲ ਜਿਹੜਾ ਬੱਚੇ ਅੱਜ ਕੱਲ ਬਾਹਰ ਜਾਂਦੇ ਆ, ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਇੰਗਲੈਂਡ ਹੋ ਗਿਆ, ਯੂਰਪ ਹੈ, ਅਦਰ ਕੰਟਰੀਜ਼ ਹੈਗੀਆਂ, ਉਹਨਾਂ ਨੂੰ ਤੁਸੀਂ ਫਿਰ ਸਰਟੀਫਿਕੇਟ ਵਗੈਰਾ ਸਾਰਾ ਉਹਨਾਂ ਨੂੰ ਦਿੰਦੇ ਹੋ ਫਰੋਮ ਦਾ ਇੰਟਰਨੈਸ਼ਨਲ ਸਰਟੀਫਾਈਡ। ਓਕੇ ਹਾਂਜੀ, ਵੈਰੀ ਗੁੱਡ, ਜੋ ਸਟੈਂਡਰਡ ਇੰਟਰਨੈਸ਼ਨਲ ਦੇ ਉਹੀ ਸਟੈਂਡਰਡ ਸਾਡੇ ਹੋਣਗੇ ਤੇ ਉਹ ਉੱਥੇ ਜਾ ਕੇ ਵੈਲਿਡ ਹੈਗੇ ਆ ਭਾਜੀ? ਜੀ ਜੀ ਬਿਲਕੁਲ ਸਰ, ਬਿਲਕੁਲ ਜੀ। ਓਕੇ ਓਕੇ, ਇਹ ਨਾ ਮੁੜ ਕੇ ਇਧਰੋਂ ਆਪਾਂ ਦੇ ਦਈਏ ਸਰ, ਸਾਡਾ ਜੋ ਵੀ ਸਾਨੂੰ ਕਿਸੇ ਯਾਨੀ ਕਿ ਕੋਲੋਂ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਆਪਣੇ ਆਪ ਨੂੰ ਦੱਸਣ ਦੀ ਇੱਥੇ ਇੰਸਟੀਚਿਊਟ ਬਾਰੇ ਜਾਂ ਅਕੈਡਮਿਕ ਕੋਰਸਿਸ ਬਾਰੇ। ਲੋਕ ਸਾਡੇ ਨਾਲ ਜੁੜੇ ਹੋਏ ਆ ਕਾਫੀ ਟਾਈਮ ਤੋਂ, ਉਹਨਾਂ ਨੂੰ ਪਤਾ ਹੈ ਵੀ ਅਸੀਂ ਕੀ ਕੋਰਸਿਸ ਕੀ ਪ੍ਰੋਵਾਈਡ ਕਰਦੇ ਹਾਂ, ਕਿਸ ਤਰ੍ਹਾਂ ਦੇ ਸਰਟੀਫਿਕੇਟਸ ਸਾਡੇ ਹੈਗੇ ਆ ਜੋ ਅਸੀਂ ਦਿੰਦੇ ਹਾਂ, ਜੋ ਕਿ ਆਪਣਾ ਕੱਲ ਇੰਟਰਨੈਸ਼ਨਲ ਲੈਵਲ ਤੇ ਸਪੋਜ਼ ਦੁਬਈ ਕਿਸੇ ਨੇ ਜੌਬ ਕਰਨੀ ਆ, ਇੰਗਲੈਂਡ ਜੌਬ ਕਰਨੀ ਆ, ਅਮਰੀਕਾ, ਕੈਨੇਡਾ, ਉਹ ਸਾਡੇ ਸਰਟੀਫਿਕੇਟ ਉੱਥੇ ਚੱਲਦੇ ਆ ਜੀ। ਔਰ ਭਾਜੀ ਮੈਂ ਦੇਖਦਾ ਹੁੰਦਾ, ਮੈਂ ਕਈ ਜਿਹੜੇ ਕਈ ਲੋਕ ਡਰਦੇ ਨਹੀਂ ਆਉਂਦੇ ਵੀ ਪਤਾ ਨਹੀਂ ਕਿੱਡਾ ਕੋਈ ਮਹਿੰਗਾ ਹੋਣਾ ਸੁਣ ਆਪਣੇ ਰੇਟ ਬਿਲਕੁਲ ਜੈਨੂਇਨ ਹੈਗੇ। ਦੇਖੋ ਜਿਹੜਾ ਸਾਡੇ ਰੇਟਸ ਹੈਗੇ ਪ੍ਰਾਈਸ ਸੈਕਟਰ ਕੀਤੇ ਜਾਵੇ ਗੱਲ, ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਹੈਗੀ, ਬਟ ਜਿਹੜਾ ਪ੍ਰਾਈਸ ਸੈਕਟਰ ਕੀਤਾ ਜਾਵੇ ਬਾਕੀਆਂ ਨਾਲੋਂ ਤੁਹਾਨੂੰ ਘੱਟ ਹੀ ਲੱਗੇ, ਇੱਕ ਵਾਰੀ ਵਿਜ਼ਿਟ ਕਰਕੇ ਜ਼ਰੂਰ ਦੇ। ਜੀ ਜੀ, ਬਹੁਤ ਪਿਆਰਾ ਭਾਜੀ ਸਲੂਨ ਵੀ ਬੜਾ ਸੋਹਣਾ ਬਣਾਇਆ ਹੋਇਆ ਵਾ, ਔਰ ਇਹ ਪਹਿਲੀ ਗੱਲ ਤਾਂ ਤੁਹਾਡੇ ਪਰ ਮੈਂ ਦੇਖ ਰਿਹਾ ਵਾ ਸਫਾਈ ਦਾ ਬੜਾ ਧਿਆਨ ਰੱਖਿਆ ਜਾ ਰਿਹਾ ਹੈ। ਬਿਲਕੁਲ ਹਾਈਜੀਨਿਕ ਹੈ ਜੀ ਸਾਡਾ ਸਟਾਫ ਵੀ, ਤੇ ਸਾਡਾ ਜਿਹੜਾ ਜੋ ਇਕਵਿਪਮੈਂਟ ਹੈਗੇ ਜੋ ਤੁਹਾਨੂੰ ਉੱਥੇ ਮਟੀਰੀਅਲ ਮਿਲੇਗਾ, ਐਵਰੀਥਿੰਗ ਕੋਮ ਵਗੈਰਾ ਸੈਨੀਟਾਈਜ਼ ਅਸੀਂ ਕਰੀ ਦੀਆਂ ਗਿਆ। ਓਕੇ, ਐਵਰੀਥਿੰਗ ਯਾਨੀ ਕਿ ਪਹਿਲੇ ਦੇ ਤੌਰ ਤੇ ਧਿਆਨ ਰੱਖਿਆ, ਕੋਵਿਡ ਨੇ ਬਹੁਤ ਡਰਾਇਆ ਵਾ ਜੀ, ਪਹਿਲੀ ਗੱਲ ਤੇ ਹਨਾ, ਉਹਦੇ ਅਕੋਰਡਿੰਗ ਅਸੀਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ। ਓਕੇ, ਔਰ ਭਾਜੀ ਬ੍ਰਾਈਡਲ ਦੇ, ਬ੍ਰਾਈਡਲ ਵਾਸਤੇ ਆਪਣੇ ਕੋਲ ਸਾਰੀ ਫੈਸਿਲਿਟੀਜ਼ ਹੈ ਸਰ? ਬ੍ਰਾਈਡਲ ਦੇ ਵੀ ਸਾਰੇ ਐਸੇ ਯਾਨੀ ਕਿ ਕਾਈਂਡ ਆਫ ਬ੍ਰਾਂਡ ਜਿਹੜੇ ਹੈਗੇ ਉਹਨਾਂ ਨੂੰ ਯੂਜ਼ ਕਰਦੇ ਆ, ਮੈਕ ਹੋ ਗਿਆ, ਐਚ ਡੀ ਹੋ ਗਿਆ, ਜਿਹਦੇ ਵਿੱਚ ਆਪਣਾ ਫੋਰ ਐਵਰ 52 ਹੋ ਗਿਆ, ਐਵਰੀਥਿੰਗ ਯਾਨੀ ਜਿਹੜੇ ਜਿਹੜੇ ਬ੍ਰਾਂਡ ਜੋ ਮੇਕਅਪ ਬ੍ਰਾਈਡ ਦੀ ਡਿਮਾਂਡ ਹੁੰਦੀ ਆ ਉਹਦੇ ਅਕੋਰਡਿੰਗ ਅਸੀਂ ਕਰਦੇ ਆ। ਹੈਰੀ ਭਾਜੀ ਇੱਕ ਵਾਰੀ ਮੈਂ ਚਾਹੁੰਦਾ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਲੋਕੇਸ਼ਨ ਜ਼ਰੂਰ ਆਪ ਇੱਕ ਕਨਫਰਮ ਕਰ ਦਿਓ। ਲੋਕੇਸ਼ਨ ਰਵੀ ਜੀ ਬਹੁਤ ਆਸਾਨ ਹੈ, ਈਜ਼ੀ ਹੈ, ਬੱਸ ਸਟੈਂਡ ਦੀ ਬਿਲਕੁਲ ਬੈਕ ਸਾਈਡ ਹੈ, ਔਰ ਐਡਜੋਇੰਟ ਵਿਦ ਕਹਿ ਲਓ ਗਊਸ਼ਾਲਾ ਸਾਡੇ ਨਾਲ ਹੀ ਜੀ ਰਸਤੇ ਦੇ ਵਿੱਚ, ਨਕੋਦਰ ਨੂੰ ਸਭ ਨੂੰ ਪਤਾ ਗਊਸ਼ਾਲਾ ਕਿੱਥੇ ਹੈ, ਰਾਈਟ? ਔਰ ਜ਼ਿਆਦਾਤਰ ਕਹਿ ਸਕਦੇ ਤੁਸੀਂ ਅੰਬੇਦਕਰ ਚੌਂਕ ਤੋਂ ਵਾਕਿੰਗ ਡਿਸਟੈਂਸ ਆਈ ਥਿੰਕ 20-30 ਸਟੈਪਸ ਹੈਗੇ ਆ ਆਪਣੇ ਜਿਹੜੇ ਵੀਵਰਸ ਹੈਗੇ ਉਹਨਾਂ ਲਈ ਸਪੈਸ਼ਲ ਆਫਰ ਹੋਊਗੀ। ਸਾਡੀ ਇੱਕ ਨਾ ਮੈਂਬਰਸ਼ਿਪ ਕਾਰਡ ਬਣਦਾ ਜੀ, ਜਿਹਦੀ ਕੀਮਤ ਸਿਰਫ 200 ਰੁਪਏ ਹੈਗੀ ਆ। ਅੱਛਾ ਜੀ, ਉਹਦੇ ਨਾਲ ਸਾਡੀ ਹਰ ਸਰਵਿਸ ਦੇ ਉੱਪਰ 30% ਆਫ ਹੋ ਜਾਂਦੀ, 30% ਦਾ ਯਾਨੀ ਕਿ ਡਿਸਕਾਊਂਟ ਅਸੀਂ ਦੇਵਾਂਗੇ। ਓਕੇ, ਹਾਂਜੀ, ਚਾਹੇ ਉਹ ਕੋਈ ਵੀ ਕੋਈ ਭੈਣ ਸਾਡੀ ਕੋਈ ਵੀ ਸਰਵਿਸ ਲਵੇ ਜੀ, ਚਾਹੇ ਉਹ ਮੇਕਅਪ ਨਾਲ ਰਿਲੇਟਡ ਆ, ਚਾਹੇ ਉਹ ਸਕਿਨ ਨਾਲ ਟ੍ਰੀਟਮੈਂਟ ਨਾਲ ਜਾਂ ਫੇਸ਼ੀਅਲ ਆ, ਕੁਝ ਵੀ ਐ, ਮੈਨੀ ਪੈਡੀ ਆ, ਕੁਝ ਵੀ ਕਰਵਾਵੇ, ਹੈਡ ਵਾਸ਼ ਕਰਾਵੇ, ਉਹਦੇ ਵਿੱਚ ਸਾਡੇ ਕੋਲ ਯਾਨੀ ਕਿ 30%
ਇਹ ਸੀ ਭਾਅ ਜੀ ਹੈਰੀ ਜੀ, ਇਹਨਾਂ ਨੇ ਆਪਣੀਆਂ ਜਿਹੜੀ ਸਲੂਨ ਬਾਰੇ ਸਾਰੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀਡੀਓ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਜਿਹੜੇ ਸ਼ੇਅਰ ਕਰਨਗੇ ਉਹਨਾਂ ਨੂੰ ਤਾਂ 30% ਜਿਹੜਾ ਡਿਸਕਾਊਂਟ ਵੀ ਮਿਲੇਗਾ ਹਰ ਚੀਜ਼ ਦੇ ਉੱਪਰ। ਔਰ ਆਰ ਬੀ ਇੰਡੀਆ ਟੀਵੀ ਨਿਊਜ਼ ਤੁਸੀਂ ਦੇਖ ਰਹੇ ਹੋ, ਸਾਰਿਆਂ ਦਾ ਧੰਨਵਾਦ। ਮੇਰੇ ਨਾਲ ਕੈਮਰਾਮੈਨ ਵਿੱਕੀ, ਬਹੁਤ ਬਹੁਤ ਸ਼ੁਕਰੀਆ। ਆਰ ਬੀ ਇੰਡੀਆ ਟੀਵੀ ਨਿਊਜ਼ ਚੈਨਲ ਤੇ ਆਪਣੀ ਮਸ਼ਹੂਰੀ ਦੇਣ ਲਈ ਸੰਪਰਕ ਕਰੋ 98153705700।